ਜੀ ਮਿੱਤਰੋ, ਕੀ ਹਾਲ ਚਾਲ ਨੇ? ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਮਿੱਤਰੋ, ਕਹਿੰਦੇ ਗੱਡੀ ਭਰ ਕੇ ਮੁੰਡੇ ਤੁਰ ਚੱਲੇ ਨੇ, ਕਿੱਧਰ ਨੂੰ ਤੁਰ ਚੱਲੇ ਨੇ? ਮਿੱਤਰੋ, ਰਾਮਪੁਰੇ ਜਾਂਦੇ ਹਾਂ ਤੇ ਦੇਖਦੇ ਹਾਂ ਕੰਪਰੈਸਰ ਦੇ ਟੈਂਕੀ ਲਿਆਉਣੇ ਆ, ਪ੍ਰੈਸਰ ਹਾਰਨ ਲੱਗੇ ਲਾਉਣੇ ਆ, ਤੇ ਆਹ ਬੰਦੇ ਨੇ ਕਹਿੰਦੇ ਟੈਂਕੀ ਤੇ ਆਪਾਂ ਨੂੰ ਉਹ ਦਵਾਉਣੀ ਆ। ਆਪਣਾ ਹੀ ਬੰਦਾ ਇਹ ਵੀ, ਤਾਏ ਦਾ ਮੁੰਡਾ, ਤੇ ਇਹ ਵੀ ਵਲੌਗ ਕਰਦੇ ਥੋੜਾ ਜਿਹਾ ਫਿਰ ਬੀਜੀ ਰਹਿੰਦਾ, ਟਰੱਕ ਵਾਲੀ ਲਾਈਫ ਇਹਨਾਂ ਦੀ ਕਹਿੰਦੇ ਉਹ ਹੈ। ਪਰ ਕੀ ਬਿਆਨ ਦੇ ਸਕੇ ਦੇ ਨੇ ਤੂੰ, ਜਿਹੜਾ ਹੜਤਾਲ ਤੇ ਆ ਨਾ ਕਾਨੂੰਨ ਕਰਿਆ ਜਿਹੜਾ, ਇਹ ਕਿਵੇਂ ਆ ਤੂੰ ਇਹ ਦੱਸ ਮਾੜਾ ਜਾ। ਇਹ ਤਾਂ ਵਾਪਸੀ ਕਰਨਾ ਪਊਗਾ ਹੁਣ ਉਹਨਾਂ ਨੂੰ, ਇਹ ਵੀ ਜੱਜ ਦਾ ਹਨਾ, ਇਹ ਤਾਂ ਹੁਣ ਬੇਕਾਰ ਕਾਨੂੰਨ ਆ। ਹੁਣ ਤੇਰੇ ਤੂੰ ਚੱਲ ਟਰੱਕ ਚਲਾਉਣਾ ਯਾਰ, ਜੇ ਕਈ ਵਾਰੀ ਹੁਣ ਮੂਹਰੇ ਆ ਕੇ, ਹੁਣ ਤੂੰ ਵੀ ਆ ਕਰ ਲਈ। ਹਾਂ ਗੱਲ ਤਾਂ ਉਹੀ ਹੈ, ਜੇ ਹੁਣ ਆਪਣੇ ਮੂਹਰੇ ਲਿਆ ਕੇ ਵਿੱਚ ਮਾਰੇ ਕੋਈ, ਉਹ ਤਾਂ ਫਿਰ ਗਲਤੀ ਦਾ ਅਗਲੇ ਵੀ ਆ। ਮੋਦੀ ਪੁੱਠੇ ਪੰਗੇ ਹੀ ਲੈਂਦਾ ਜਿੰਨੇ ਲੈਂਦਾ ਹੈ ਨਾ, ਕਦੇ ਕੋਈ ਪੰਗਾ ਲੈ ਲਿਆ, ਕਦੇ ਕਿਸਾਨੀ ਵਾਲਾ, ਕਦੇ ਆਹ, ਤੇ ਕਾਨੂੰਨ ਗਲਤ ਆ ਸਾਰਿਆਂ ਲਈ। ਤੇ ਜੇ ਟਰੱਕ ਬੰਦ ਹੋ ਗਏ ਸਾਰੀ ਇੰਡੀਆ ਹੀ ਖੜ ਜੂ, ਹੈ ਇੰਡੀਆ ਦਾ ਕੰਮ ਹੀ ਸਾਰਿਆਂ ਦਾ ਟਰੱਕਾਂ ਤੇ ਆ, ਨਾ ਗੈਸ ਸਿਲੰਡਰ ਆਉਂਦੇ, ਨਾ ਤੇਲ ਆਉਂਦਾ, ਨਾ ਹੋਰ ਆਉਂਦਾ, ਨਾ ਕੁਛ, ਕੱਚਾ ਮਾਲ ਆਉਂਦਾ, ਨਾ ਪੱਕਾ ਮਾਲ ਆਉਂਦਾ, ਸਾਰੇ ਡਰਾਈਵਰਾਂ ਨੇ ਲਿਆਉਣਾ ਹੁੰਦਾ। ਤੇ ਹੁਣ ਮੈਂ ਗੱਡੀ ਲਈ ਜਾਂਦਾ, ਮੈਂ ਵੀ ਡਰਾਈਵਰ ਆ, ਜੇ ਲਿਆ ਕੇ ਮੇਰੇ ਚ ਮੂਹਰੇ ਕਿਸੇ ਨੇ ਮਾਰਿਆ ਗਲਤੀ, ਫਿਰ ਮੇਰੀ ਕੱਢਣਗੇ ਹੈਂ। ਇਹ ਤਾਂ ਬਾਹਰ ਲਿਆਂਗੂ ਕੈਮਰੇ 'ਚ ਲੱਗੇ ਹੋਣਾ, ਇੱਥੇ ਸਾਰਾ ਕੁਝ ਪਤਾ ਲੱਗੇ ਵੀ ਕਿਹਨੇ ਕੀ ਕਰਿਆ। ਤੇ ਹੁਣ ਆ ਗਏ ਮਿੱਤਰੋ, ਰਾਮਪੁਰੇ ਪਹੁੰਚ ਚੁੱਕੇ ਹਾਂ। ਰਾਮਪੁਰੇ ਲੈਂਦੇ ਹਾਂ ਪ੍ਰੈਸਰ, ਕੰਪ੍ਰੈਸਰ ਤੇ ਇੱਕ ਟੈਂਕੀ ਆਪਾਂ ਲਾਉਣੇ ਹੁਣ, ਪ੍ਰੈਸਰ ਹਾਰਨ ਆਪਣੇ ਵਾਲੇ ਡੈਥ ਰੀਪਰ ਤੇ, ਦੇਖਦੇ ਹਾਂ ਵੀ ਕਿੰਨੇ ਬੀਬਰੀ ਵਾਲੇ ਲਾਈਏ। 6 ਵਾਲੇ ਵਧੀਆ ਰਹਿਣਗੇ ਹਨਾ, ਆਪਾਂ ਨੇ 6 ਵਾਲੀ ਹੁੰਦੇ ਆ, ਵਧੀਆ ਬਾਜਾਂ ਹੋਣੀ ਉਹ 'ਚ ਬਹੁਤ। ਪ੍ਰੈਸਰ ਹਾਰਨ ਦੇਖਾਂਗੇ ਵੀ ਕਿੱਥੇ ਲਾਉਣੇ ਆ। ਇੱਕ ਚਿੱਤ ਕਰਦਾ ਵੀ ਸਾਤਰੀ ਤੇ ਲਾ ਦਈਏ, ਸਾਤਰੀ ਹੈ ਨੀ, ਸਾਤਰੀ ਤੇ ਹਾਰਨ ਪਹਿਲਾਂ ਲਾਈ ਜਾਂਦੇ ਭੈਣ ਨੀ ਹੈ। ਤੇ ਮਿੱਤਰੋ ਚੱਲਦੇ ਆ ਹੁਣ ਰਾਮਪੁਰਾ ਪਹੁੰਚ ਕਹਿੰਦੇ ਦੁਕਾਨ ਤੇ ਚੱਲਦੇ ਆ, ਕਬਾੜ ਚੋਂ ਭਾਲਦੇ ਆ ਕੋਈ ਪ੍ਰੈਸਰ ਕੰਪ੍ਰੈਸਰ ਕੰਪ੍ਰੈਸਰ ਤੇ ਟੈਂਕੀ, ਪ੍ਰੈਸਰ ਹੀ ਕਹੀ ਜਾਂਦਾ ਮੈਂ, ਪ੍ਰੈਸਰ ਕੰਪ੍ਰੈਸਰ ਤੇ ਟੈਂਕੀ ਤੇ ਬੈਲਟ ਤਾਂ ਆਪਾਂ ਉੱਥੋਂ ਲਈ ਲੈਣੀ ਆ, ਫਿੱਟ ਆਪਾਂ ਕਰਾ ਲਾਂਗੇ। ਓਕੇ ਗੱਲਬਾਤ, ਤੇ ਰਾਮਪੁਰੇ ਪਹੁੰਚ ਚੁੱਕੇ, ਹੁਣ ਕਰਦੇ ਆ ਗੱਲਬਾਤ। ਲਓ ਵੀ ਮਿੱਤਰੋ, ਕਹਿੰਦੇ ਮਾਰਕੀਟ ਦੇ ਵਿੱਚ ਫਿਰਦੇ ਆ, ਟਰੱਕਾਂ ਵਾਲੀ ਮਾਰਕੀਟ ਚ, ਗੱਡੀਆਂ ਵਾਲੀ ਮਾਰਕੀਟ ਚ ਭਾਲਦੇ ਫਿਰਦੇ ਆ ਕੰਪ੍ਰੈਸਰ। ਦੋ ਤਿੰਨ ਬੰਦਿਆਂ ਕੋਲੋਂ ਪੁੱਛਿਆ ਏ ਉਹਨਾਂ ਕੋਲੋਂ ਮਿਲਦਾ ਜਿਹੜਾ ਇੰਜਨ ਚ ਫਿੱਟ ਹੁੰਦਾ ਟਰੱਕ ਦੇ, ਆਪਾਂ ਲੈਣਾ ਕਾਰ ਵਾਲਾ, ਜਿਹੜੇ ਕਾਰ ਚ ਹੁੰਦਾ ਉਹ ਬਿਲਟ ਵਾਲਾ ਹੁੰਦਾ। ਤੇ ਹੁਣ ਬੰਦੇ ਆਪਣੇ ਭਾਲਦੇ ਫਿਰਦੇ ਆ ਬਾਈਕ, ਬਾਈ ਕਹਿੰਦਾ ਆਹ ਬਾਈਕ ਨੂੰ ਮਿਲੂ, ਪਤਾ ਨੀ ਕੀ ਨਾਂ ਸੀ ਇਹਦਾ, ਗੁਲਾਮ ਪਤਾ ਨੀ ਗੁਲਾਬ ਬਾਈ ਦਾ, ਉਹ ਪਰਲਾਹੂ, ਉਹ ਪਰਲਾਹੂ ਮੈਨੂੰ ਲੱਗਦਾ ਹਨਾ, ਉਹ ਜਿਹੜੇ ਚੜੇ ਸੀ ਆਪਾਂ ਉਦੋਂ, ਉਹ ਹੋਊਗਾ, ਉਹ ਕਹਿੰਦਾ ਸੀ ਥੋੜਾ ਜਿਹਾ ਕਹਾਂ ਜਾ ਕੇ ਆ, ਉਹ ਪਰਲਾ ਹੀ ਆ ਫਿਰ ਆ ਜਾਓ। ਦੇਖਦੇ ਹਾਂ ਮਿੱਤਰੋ ਹੁਣ ਭਾਲਦੇ ਆ ਕਿਸੇ ਤੋਂ, ਨੀ ਫਿਰ ਕਿਤੇ ਹੋਰ ਦੇਖਾਂਗੇ, ਗੱਡੀਆਂ ਵਾਲੇ ਕਬਾੜ 'ਚ ਦੇਖਾਂਗੇ, ਲੈ ਕੇ ਜਾਣਾ ਹੀ ਆ, ਅੱਜ ਕਰਾਰੀ ਆ ਬਸ ਵੀ, ਅੱਜ ਲੈ ਕੇ ਹੀ ਜਾਣਾ ਕੰਪ੍ਰੈਸਰ ਤੇ ਟੈਂਕੀ ਤੇ ਸਿੱਕ ਤੇ ਹਾਰਨ। ਆਪਾਂ ਦੇਖ ਲਾਂਗੇ ਪਿੰਡੋਂ, ਉੱਥੋਂ ਤਪਿਓ ਆਪਣੇ, ਤਪਿਓ ਹਾਰਨ ਮਿਲੇ ਤਾਂ ਠੀਕ ਆ, ਨਹੀਂ ਇੱਥੋਂ 6-7 ਬੀਬੀਆਂ ਵਾਲੇ ਆਪਾਂ ਵੱਧ ਹੀ ਲਾਉਣੇ, ਜਿਹੜੇ ਵਧੀਆ ਟੂਨਾਂ ਜੀਆਂ ਕੱਢਣ ਉਹ ਹਾਰਨ ਲਾਉਣੇ, ਐਂ ਨਹੀਂ ਵੀ ਮਾੜੇ ਹਾਰਨ ਲਾਉਣੇ ਆਪਾਂ, ਵੀ ਬਾਹਲੇ ਚੰਗੇ ਵੀ ਨਹੀਂ ਲਾਉਣੇ, ਕਿਉਂ ਤੁਹਾਨੂੰ ਪਤਾ ਵੀ ਇਹ ਤਾਂ 10-11 ਹਜ਼ਾਰ ਤੱਕ ਵੀ ਆ ਜਾਂਦੇ ਆ, 20 ਹਜ਼ਾਰ ਤੱਕ, 50 ਹਜ਼ਾਰ ਤੱਕ ਹੁੰਦੇ ਆ। ਦੇਖਦੇ ਹੁਣ ਇੱਥੇ ਆਪਾਂ ਕਿਤੇ ਜੇ ਮਿਲਿਆ ਤਾਂ ਪੁੱਛਦੇ ਹਾਂ ਬਾਈ ਨੂੰ, ਆ ਜਾਣਗੇ ਬੰਦੇ ਆਪਣੇ ਤੁਰੇ ਆਉਂਦੇ ਆ। ਲਓ ਵੀ ਮਿੱਤਰੋ, ਕਹਿੰਦੇ ਇਹੋ ਜਿਹੀਆਂ ਪਹੀਆਂ 'ਚ ਧੱਕੇ ਖਾਈ ਜਾਂਦੇ ਆ ਕੰਪ੍ਰੈਸਰ ਭਾਲਣ ਖਾਤਰ, ਉਹ ਦੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਆ। ਤੇ ਹੁਣ ਜਿਹੜੇ ਬੰਦੇ ਕੋਲੇ ਪਹਿਲਾਂ ਗਏ ਸੀ ਉਹੀ ਬੰਦੇ ਕੋਲੇ ਜਾਣਾ ਪਊ, ਦਿਮਾਗ 'ਚ ਗੱਲ ਹੋਣ ਆਈ ਹੈ ਵੀ ਉਵੇਂ ਕਰ ਸਕਦੇ ਆ, ਉਹ ਕਿਵੇਂ ਕਰ ਸਕਦੇ ਆ, ਤੁਹਾਨੂੰ ਦੁਕਾਨ ਤੇ ਜਾ ਕੇ ਦੱਸਦੇ ਵੀ ਕਿਵੇਂ ਕਰਨਾ ਪਊਗਾ। ਚੱਲਦੇ ਹੁਣ ਕਹਿੰਦਾ ਦੁਕਾਨ ਤੇ, ਅਗਲੇ ਦੇ ਪੁੱਛ ਕੇ ਕੰਪ੍ਰੈਸਰ ਫੜ ਕੇ ਟੈਂਕੀ ਸਿੱਕ, ਇੱਕ ਬੰਦੇ ਕੋਲੇ ਗਏ ਹੈ ਉਹ ਲਖੇ, ਉਹ ਕਹਿੰਦਾ ਬਾਈ 5 ਹਜ਼ਾਰ ਦੀ, ਕਹਿੰਦਾ 2500 ਦੀ, ਕਹਿੰਦਾ ਸਿੱਕ
ਕਹਿੰਦਾ 3000 ਦੀ ਪਤਾ ਨੀ ਟੈਂਕੀ, 5000 ਦਾ ਕੰਪਰੈਸਰ। ਕਹਿੰਦਾ ਮਾਂ ਠੀਕ ਆ ਬਾਈ, ਤੂੰ ਮਲੰਗ ਕਰਦੇ ਪੈਣ ਦੀ ਵੀਰ, ਸਾਨੂੰ ਸਾਡੇ ਕੋਲ ਇੰਨੇ ਕਿੱਥੇ ਆ ਮਹਾਂ, 10000 2000 ਵਾਲੇ ਬੰਦੇ ਆ। ਜਾ ਕੇ ਹੁਣ ਦੁਕਾਨ ਤੇ ਦੇਖਦੇ ਆ ਮਿੱਤਰੋ, ਉੱਥੋਂ ਲੈਣੇ ਬਾਈ ਤੋਂ ਆਪਣਾ ਲਿਹਾਜੀ ਆ ਮਿੱਤਰੀ ਆਪਣਾ, ਉਹਦੇ ਕੋਲ ਚੱਲਦੇ ਹੁਣ। ਲਓ ਵੀ ਮਿੱਤਰੋ ਇੱਥੇ ਪਹੁੰਚ ਕੇ ਦੁਕਾਨ ਤੇ, ਹੁਣ ਕਬਾੜ ਦੀ ਤੇ ਹੁਣ ਦੇਖਦੇ ਆ ਵੀ ਇੱਥੋਂ ਮਿਲੂ ਕੰਪਰੈਸਰ ਕਿ ਨਹੀਂ ਮਿਲਦਾ, ਕੀ ਗੱਲ ਬਾਤ ਬਣੂ ਬਾਈ ਨੂੰ ਪੁੱਛਦੇ ਹੁਣ। ਲਓ ਵੀ ਮਿੱਤਰੋ ਕਹਿੰਦੇ ਆਹ ਲੈ ਲਈ ਟੈਂਕੀ, ਦੇਖ ਲੱਖੇ ਲੀਕ ਲੂਕ ਤਾਂ ਨਹੀਂ ਕਿਸੇ ਪਾਸੇ ਬਾਈ, ਮੈਂ ਲੀਕ ਲੂਕ ਤਾਂ ਨਹੀਂ ਹੋਣੀ, ਓਕੇ ਦੇਵਾ। ਆਹ ਲੈ ਲਿਆ ਕੰਪਰੈਸਰ, ਇਹਦੇ 'ਚ ਆਹ ਗਰਾਰੀ ਕੱਢ ਕੇ ਇੱਥੇ ਪੈ ਜੂਗੀ ਪੁਲੀ, ਅਤੇ ਇਹਨੂੰ ਕਰ ਦਾਂਗੇ ਐਂ ਕਰਕੇ ਫਿੱਟ, ਹੈਂ, ਅਤੇ ਆਹ ਪੁਲੀ ਪੈ ਕੇ ਇੱਥੇ ਇੱਥੇ ਬੈਲਟ ਚੜ ਜੂ, ਅਤੇ ਗੱਲਬਾਤ ਓਕੇ ਦੀ ਗਾਹਾਂ ਜਾ ਕੇ ਘਰ ਜਾ ਕੇ ਸਰਵਿਸ ਸੁਰਵਿਸ ਕਰਦੇ ਹਾਂ ਖੋਲ੍ਹ ਕੇ, ਹੈ ਨਾ, ਕਰੀ ਹੋ ਜਾਊ ਤਾਂ ਲੋਟ। ਅਤੇ ਇੱਧਰ ਕੀ ਲੱਗ ਰਿਹਾ ਤੇ ਆਹ ਦੱਸ ਦੇ ਮੈਨੂੰ, ਪੁੱਛ ਬਾਈ। ਉਹ ਨਹੀਂ ਲੱਗਦਾ ਜੇ ਤੂੰ ਐਂ ਕਰੀ, ਹਾਂ ਹੁਣ ਲੈ ਜਾ ਕਿਹੜਾ, ਹਾਂ ਪੜ ਕੇ ਗਿਆਨੀ ਤੋਂ ਕੇ ਕਰਕੇ ਆਵਾਂਗੇ, ਹਾਂ ਉਦੋਂ ਕਰਦੇ ਰੱਖ ਲਵਾਂਗੇ, ਸਾਫ ਕਰਾ ਲਵਾਂਗੇ, ਮੈਂ ਉਧਰ ਕੰਮ ਕਰ ਲਵਾਂ ਉਹਦਾ, ਮੈਂ ਸਾਫ ਕਰਾ ਦੂੰ, ਤੂੰ ਇੱਥੇ ਬਾਂਡੀ ਦੇ ਹੱਥ ਖੋਲ ਕੇ ਤੇਰਾ ਸਾਰਾ ਕੁਝ ਚੈੱਕ ਕਰ। ਹਾਂ ਇਹ ਵੀ ਗੱਲ ਲੋਟ ਹੈ। ਤੇ ਹੁਣ ਰਹਿ ਗਈ ਸਿੱਕ, ਹਨਾ ਸਿੱਕ ਦੇ ਬਾਈ ਕੱਢ ਕੇ ਕਿਹੜੀ ਆ ਹੁਣ, ਹਾਂ ਇਹਦੇ ਇੱਥੇ ਕੀ ਲੱਗਦਾ ਹੁੰਦਾ, ਖਾਲੀ ਹੋ ਜਾਂਦਾ ਥਾਂ, ਉਹਦੇ ਬੰਦ ਪਲੇਟ ਲੱਗੀ ਬਾਈ, ਇੱਥੇ ਪਲੇਟ ਹੈਗੀ ਆ, ਉਹ ਨਾ ਲੋੜੀ ਮੇਥੋਂ ਪਲੇਟ ਉਹਦੇ ਨਾਲ ਮੁੰਡਾ ਲਾਊਗਾ, ਬੈਲਟ ਵਾਲੇ ਤੋਂ ਲਵਾ ਲਈਏ, ਬੈਲਟ ਵਾਲੇ ਤੋਂ ਪਲੇਟ, ਬਸ ਠੀਕ ਆ ਤੂੰ ਆ ਦੇ ਫਿਰ ਸਿੱਕ ਰਹੇਗੀ ਹੁਣ ਇਕੱਲੀ, ਛਿੱਕਣੀ ਕਿ ਸਿੱਕ ਐਂ ਨਹੀਂ ਪਤਾ ਵੀ ਛਿੱਕਣੀ ਆ ਕਿ ਸਿੱਕ ਆ, ਕਿਹੜਾ ਦੇਗਾ ਆ ਦੇਗਾ ਕਿ ਉਹ ਦੇਗਾ, ਤੂੰ ਦੱਸ ਕਿਹੜਾ ਵੱਡਾ, ਇਹਦੀ ਹਵਾ ਵੱਧ ਹੈ, ਹਵਾ ਵੱਧ ਵਾਲੀ ਦੇ ਦੇ ਸਾਨੂੰ, ਬਸ ਹਵਾ ਮਿੰਟ 'ਚ ਭਰ ਜੇ, ਹਵਾ ਫੁੱਲ ਹੋਵੇ ਬਸ ਜੀ ਦੀ, ਇਹ ਉਹਦੇ ਨੂੰ ਵਧੀਆ ਬਸ, ਚੱਲਦੇ ਹਾਂ ਛਿੱਕ ਦੇ ਬਾਈ ਕੱਢ ਕੇ ਯਾਰ, ਜਾਣਾ ਸੀ ਬਾਈ ਬਣ ਕੇ ਛੇਤੀ। ਲਓ ਵੀ ਮਿੱਤਰੋ ਕਹਿੰਦੇ ਕੰਪਰੈਸਰ ਤੇ ਟੈਂਕੀ ਮਿਲ ਚੁੱਕੀ ਹੈ, ਤੇ ਸਿੱਕ ਦਾ ਕੰਮ ਗਿਆ ਰਹਿ ਗਿਆ ਅਧੂਰਾ, ਸਿੱਕ ਮਿਲੂਗੀ ਕਹਿੰਦੇ ਕੱਲ ਨੂੰ, ਤੇ ਸਿੱਕ ਬਾਈ ਕਹਿੰਦਾ ਸਿੱਕ ਦਾ ਭਾਨਾ ਹੈ, ਬਾਈ ਕਹਿੰਦਾ ਕੱਲ ਨੂੰ 9 ਵਜੇ ਆਇਆ ਮੇਰੇ ਕੋਲ 10 ਵਜੇ, ਕਹਿੰਦਾ ਕੱਲ ਨੂੰ ਮਿਲੂ, ਹੈ ਕੱਲ ਨੂੰ ਮਿਲੂ, ਕਹਿੰਦਾ ਦੱਸ ਹੁਣ ਕਿਵੇਂ ਕਰੀਏ, ਕੱਲ ਨੂੰ ਆਵਾਂਗੇ ਆਪਾਂ, ਕੱਲ ਨੂੰ ਲੈ ਜਾਂਗੇ, ਕੱਲ ਨੂੰ ਲੈ ਕੇ ਚੱਲੀਏ ਫਿਰ। ਲਓ ਮਿੱਤਰੋ ਸਿੱਕ ਰਹੇਗੀ ਇਕੱਲੀ ਆਪਣੀ ਹੁਣ, ਤੇ ਇਹਨੂੰ ਆਪਾਂ ਕੱਲ ਨੂੰ ਲੋਟ ਲਾਟ ਕਰਾ ਲਾਂਗੇ ਇੱਥੋਂ ਆਪਣੇ ਮਿਸਤਰੀ ਕੋਲੇ ਲੈ ਚੱਲਾਂਗੇ, ਤੇ ਟੈਂਕੀ ਦਾ ਕੰਮ ਓਕੇ ਆ, ਤੇ ਹੁਣ ਇਹਨੂੰ ਫਿੱਟ ਕਰਨ ਦੀਆਂ ਤਿਆਰੀਆਂ ਕਰੀਏ, ਤੇ ਪਿੰਡ ਜਾ ਕੇ ਆਪਾਂ ਹੁਣ ਹਾਰਨ ਵੀ ਪੁੱਛੀਏ ਕੀ ਤੋਂ ਮਿਲਦੇ ਆ, ਤੇ ਆਪਣਾ ਟਰੈਕਟਰ ਵੀ ਅੱਧ ਵਿਚਾਲੇ ਖੜਾ ਟਾਇਰਾਂ ਦਾ ਵੀ ਉਹਦਾ ਹੱਲ ਕਰੀਏ ਕੋਈ, ਉਹ ਵੀ ਦੇਖਦੇ ਹਾਂ ਜਾ ਕੇ ਹੁਣ ਕਰਦੇ ਹਾਂ ਹੱਲ ਹੁੱਲ ਕੋਈ ਵੀ ਕਿਵੇਂ ਹੱਲ ਹੋਊਗਾ ਟਾਇਰਾਂ ਦਾ, ਮਿਸਤਰੀ ਨੂੰ ਲੈ ਕੇ ਚੱਲਦੇ ਹਾਂ ਨਾਲ ਘਰੇ, ਤੇ ਉਹਨੂੰ ਦਿਖਾਉਂਦੇ ਹਾਂ, ਤੇ ਇਹਦੀ ਟਾਕੀ ਨਹੀਂ ਕਹਿੰਦੇ ਖੁੱਲਦੀ, ਤੇ ਜਾ ਕੇ ਦੇਖਦੇ ਹਾਂ ਹੁਣ ਮਿੱਤਰੋ ਘਰੇ, ਦਿਖਾਉਂਦੇ ਹਾਂ ਵੀ ਮਿਸਤਰੀ ਨੂੰ ਲੈ ਕੇ ਚੱਲੀਏ ਹੁਣ ਬਾਈ ਬਣ ਕੇ ਲਿਖਿਆ ਆਪਾਂ, ਹੈਂ ਮਿਸਤਰੀ ਨੂੰ ਲਿਜਾ ਕੇ ਮਿੱਤਰੋ ਦਿਖਾਉਂਦੇ ਹਾਂ ਵੀ ਕਿਵੇਂ ਆ ਗੱਲਬਾਤ ਉਹਦੀ, ਤੇ ਚੱਲਦੇ ਹਾਂ ਹੁਣ ਪਿੰਡ ਨੂੰ, ਦੋ ਚੀਜ਼ਾਂ ਮਿਲ ਗਈਆਂ ਇੱਕ ਚੀਜ਼ ਰਹਿ ਗਈ। ਲਓ ਵੀ ਮਿੱਤਰੋ ਟਾਇਰ ਪੈ ਗਏ ਫੇਰ ਖੋਲਣੇ ਡੈਥ ਰੀਪਰ ਦੇ ਆਪਣੇ ਨਾਲ ਦੇ, ਕਿਉਂਕਿ ਇੱਥੇ ਹਵਾ ਭਰੀ ਨਹੀਂ ਜਾਂਦੀ ਸੀ ਇਹ ਪੰਪ ਨਾਲ ਮਿੱਤਰੋ, ਹੁਣ ਉੱਥੋਂ ਹਵਾ ਭਰਾ ਕੇ ਇਹ 'ਚ ਫੌਜੀ ਵਾਲਾ ਕਹਿੰਦੇ ਛੋਟਾ ਹੋਟਲਾ ਹੱਕ ਲਿਆਂਦਾ ਆਪਾਂ, ਇਹ 'ਚ ਟਾਇਰ ਲੱਦ ਕੇ ਅਤੇ ਇੱਕ ਇੱਕ ਟਾਇਰ ਲੈ ਕੇ ਜਾਵਾਂਗੇ, ਕਿਉਂ ਦੂਜਾ ਖੁੱਲਦਾ ਨਹੀਂ, ਇੱਕ ਹੋ ਗਿਆ ਪੂਰਾ, ਜੇ ਇੱਕ ਆਪਣੇ ਕੋਲ ਹੋਰ ਹੈ ਨਹੀਂ, ਤਾਂ ਕਰਕੇ ਇੱਕ ਲੈ ਕੇ ਜਾਵਾਂਗੇ ਪਹਿਲਾਂ, ਇੱਕ 'ਚ ਭਰਾ ਕੇ ਹਵਾ ਉਹ ਲਾ ਕੇ ਟਾਇਰ, ਫਿਰ ਦੂਜਾ ਲੈ ਕੇ ਜਾਵਾਂਗੇ ਦੂਜੇ 'ਚ ਭਰਾ ਕੇ ਹਵਾ, ਫਿਰ ਕੱਸ ਦਿਆਂਗੇ ਦੋਨੇ, ਅਤੇ ਪਾਰਟੀ 'ਤੇ ਜਾਣਾ ਸੀ ਬੰਦਾ ਆਪਣਾ, ਉਹ ਵੀ ਗੁੱਸੇ ਹੋ ਗਿਆ, ਹੂ ਕਹਿੰਦਾ ਹੂ ਆਏ ਨਹੀਂ ਜਾਣ ਕੇ, ਦੇਖ ਲਾ ਬਾਈ ਜੇ ਬਲੌਗ ਦੇਖਦਾ ਤਾਂ ਆਹ ਕੰਮ ਕਰੀ ਜਾਣੇ, ਹੁਣ ਕੀ ਕਰੀਏ ਦੱਸੋ, ਵਿੱਚ ਹਵਾ ਭਰਾ ਕੇ ਲਿਆਉਣੇ, ਹੁਣ ਲੱਖਾ ਪਤਾ ਨਹੀਂ ਕਿੱਧਰ ਵਗ ਗਿਆ, ਲੱਖੇ ਨੂੰ ਆ ਜਾਂਦੇ ਫਿਰ ਲਾਦੇ ਹਾਂ ਟਾਇਰ, ਡਾਲਾ ਦੇਖਦੇ ਹਾਂ ਖੋਲ੍ਹ ਕੇ ਧਰ ਦੇਣੇ ਡਾਲਾ, ਫਿਰ ਲਾ ਲਾਂਗੇ, ਲੱਖੇ ਕਿਵੇਂ ਕਰੀਏ ਡਾਲਾ ਖੋਲ੍ਹ ਕੇ ਧਰ ਦਈਏ, ਹੈਂ ਓਏ ਮਹਾ ਫੌਜੀ ਵਾਲਾ ਛੋਟਾ ਹੋਟਲਾ ਹੱਕ ਲਿਆਂਦਾ, ਖੋਲ੍ਹ ਫਿਰ ਆ ਜਾ ਲੱਖਾ ਲਾਈਏ ਖਾਲੀਏ, ਆ ਜਾ ਲਾ ਇਹਨੂੰ ਸਾਈਡ 'ਤੇ ਆ ਜਾ ਕਰਾਂ, ਟਾਈਮ ਨਮੇੜ ਦੀ ਜੁੱਤੀ ਕੇ ਜਾਣਾ ਚਾਹੀਏ ਰਾਤ ਨੂੰ ਡਿੱਕ ਲਾ ਕੇ ਮੁੜੇ। ਲਓ ਵੀ ਮਿੱਤਰੋ ਕਹਿੰਦੇ ਕੱਲੀ ਕੱਲੀ ਟੱਸ ਬਣਦਾ ਹੋਇਆ ਆ ਸਾਹ ਦੇ ਟਾਇਰ ਆਪਾਂ ਲਿਆ ਲੱਦ, ਅਤੇ ਹੁਣ ਚੱਲਦੇ ਹਾਂ ਹਵਾ ਪਵਾ ਕੇ ਲਿਆਉਣੇ ਆ, ਫਿਰ ਦੂਜੇ ਟਾਇਰ 'ਚ ਪਵਾ ਕੇ ਲਿਆਵਾਂਗੇ, ਹੁਣ ਪਹਿਲਾਂ ਇੱਕ 'ਚ ਪਵਾ ਲਈਏ, ਆਸਾ ਮੈਂ ਬਾਹਲਾ ਨਹੀਂ ਚਲਾਇਆ ਕਦੇ, ਕਦਾਂ ਹੀ ਚਲਾਇਆ ਆਸਾ, ਮੈਂ 2-3 ਵਾਰੀ ਵੀ ਚਲਾਇਆ ਜੂ, ਪਹਿਲਾਂ ਆਉਂਦਾ ਨਜ਼ਾਰਾ ਚਲਾਉਣ ਦਾ ਛੋਟਾ ਜਿਹਾ ਲੱਗਦਾ ਛੋਟਾ ਜਿਹਾ ਜੀ, ਇੱਧਰ ਦੇਖੋ ਚੱਲਦੇ ਹੁਣ ਹਵਾ ਪਵਾ ਲਈਏ ਕਰਾਂ।
ਆਹ ਟਾਇਰ ਚ ਪਵਾ ਕੇ ਦੇਖਦੇ ਹਾਂ ਹਵਾ ਕੀ ਕਹਿੰਦਾ, ਉੱਥੇ ਜਾ ਕੇ ਡਾਲਾ ਖੋਲ ਕੇ ਧਰਤਾ ਤੇ ਚੱਲਦੇ ਫਿਰ ਦੁਕਾਨ ਤੇ ਪਹੁੰਚ ਕੇ ਮਿਲਦੇ ਆ। ਹੁਣ ਕੀ ਗੱਲ ਲਾਓ ਵੀ ਮਿੱਤਰੋ, ਕਹਿੰਦੇ ਟਾਇਰ ਆਪਾਂ ਟਰਾਲੀ ਚੋਂ ਲਾਤਾ, ਛੋਟੇ ਆਊਟਲਾ ਆਪਣਾ ਛੋਟਾ ਆਊਟਲਾ ਆ ਖੜਾ, ਆਊਟਲਾ ਛੋਟਾ ਆਊਟਲਾ, ਇਹਨੂੰ ਵੱਡਾ ਆਊਟਲਾ ਕਰਾਂਗੇ। ਹਾਂ ਤੇ ਟਾਇਰ ਲਾ ਕੇ ਆਪਾਂ ਲਾਤਾ ਥੱਲੇ, ਇਹ ਥੱਲੇ ਲਾਉਣ ਦਾ ਕਾਰਨ ਆਏ ਆ ਮਿੱਤਰੋ, ਸਪੋਰਟ ਲਾਤੀ, ਇਹ ਸਪੋਰਟ ਲਾਈ ਆਇਆ ਮਿੱਤਰੋ। ਹੁਣ ਆਪਾਂ ਤੁਹਾਨੂੰ ਪਤਾ ਪਹਿਲਾਂ ਤੁਹਾਨੂੰ ਨਹੀਂ ਦੱਸਿਆ ਹੋਣਾ, ਚੱਲ ਕਪੈਨਾ ਕਬੂਨਾ ਆਪਾਂ ਚਲਾਉਂਦੇ ਰਹਿੰਦੇ ਹਾਂ, ਜਦੋਂ ਅਸੀਂ ਕਪੈਨ ਦੀ ਰਿਪੇਅਰ ਰਿਪੂਰ ਕਰਦੇ ਹੁੰਦੇ ਸੀ ਨਾ, ਉਦੋਂ ਅਸੀਂ ਐਂ ਟਾਇਰ ਖੋਲ ਕੇ ਕਪੈਨ ਦਾ ਕਪੈਨ ਦੇ ਥੱਲੇ ਲਾਉਣਾ ਵੀ ਸਪੋਰਟ ਵੱਧ ਜਾਣੀ, ਵੀ ਆਹ ਰਿਸਕ ਨਹੀਂ ਰਹਿੰਦਾ ਬੰਦੇ ਦਾ, ਹੈਂ ਵੀ ਟਰੈਕਟਰ ਡਿੱਗ ਸਕਦਾ ਰਾਤ ਨੂੰ। ਹੁਣ ਇਕੱਲੇ ਜਿੱਕ ਤੇ ਕੀ ਭਰੋਸਾ, ਜਿੱਕ ਦੀਆਂ ਚੂੜੀਆਂ ਖਰਾਬ ਹੋ ਜਾਣ ਸੜਕੇ ਨੂੰ ਥੱਲੇ ਡਿੱਗ ਪਏ। ਹਾਂ ਇਹ ਜਦੋਂ ਅਸੀਂ ਰਿਪੇਅਰ ਕਰਦੇ ਹੁੰਦੇ ਸੀ ਮਿੱਤਰੋ, ਸਾਨੂੰ ਪਤਾ ਕਪੈਨ ਜਦੋਂ ਵੱਡੀ ਆਪਾਂ ਖੋਲਦੇ ਹੁੰਦੇ ਹਾਂ ਕਲੱਚ ਵਾਲਾ, ਕਲੱਚ ਖੋਲਣਾ ਆਪਾਂ, ਉਦੋਂ ਇੱਕ ਟਾਇਰ ਲਾਉਣਾ ਹੀ ਪੈਂਦਾ, ਉਦੋਂ ਫਿਰ ਤਾਂ ਕਰਕੇ ਟਾਇਰ ਥੱਲੇ ਲਾਉਂਦੇ। ਸਿੱਖੀਆਂ ਹੋਈਆਂ ਚੀਜ਼ਾਂ ਤੁਹਾਨੂੰ ਵੀ, ਤੁਹਾਨੂੰ ਤਜਰਬੇ ਬੋਲਦੇ ਆ, ਇਹ ਤੁਹਾਨੂੰ ਵੀ ਦੱਸ ਦਿਆਂਗੇ। ਤੇ ਮਿੱਤਰੋ ਹੁਣ ਜਿਹੜਾ ਪਿੰਡ ਵਾਲਾ ਮਿਸਤਰੀ ਸੀ ਉਹ ਤਾਂ ਕਹਿੰਦਾ ਬਾਈ ਜਿਹੜੀਆਂ ਤੇਰੀਆਂ ਟੂਟੀਆਂ ਨੇ ਥੱਲੇ ਸਾਈਡ ਰਹਿ ਗਈ ਟੂਟੀ, ਜਿਹੜੀਆਂ ਕਹਿੰਦਾ ਤੇਰੀਆਂ ਟੂਟੀਆਂ ਨੇ ਗਈਆਂ ਇਹ ਪੱਟੀਆਂ, ਕਹਿੰਦਾ ਜੇ ਮੈਥੋਂ ਕੰਮ ਕਰਾਉਣਾ ਮੈਂ ਤਾਂ ਪਾ ਦੇਣਾ, ਕਹਿੰਦਾ ਕੱਲੇ ਟੂਬਾਂ 2000 ਦੀ, ਕਹਿੰਦਾ ਇੱਕ ਮਲੂ ਟੂਬ ਜਾਂ 2500 ਦੀ ਰੁਪਈਆ ਲੱਗੂ, ਚਾਰ ਪੰਜ ਹਜ਼ਾਰ ਰੁਪਈਆ ਲੱਗੂ। ਮਹਾ ਬਾਈ ਹੱਥ ਖੜੇ ਨੇ, ਜੇ ਤੇਰੇ ਕੋਲ ਹੈਗੀਆਂ ਉਧਾਰ ਪਾ ਦੇ ਆਪਣੇ ਕੋਲ, ਸਿੱਧੀ ਗੱਲ ਹੈ ਲਿਆ ਕੇ ਪਾ ਦੇਗਾ ਤਾਂ ਦੱਸ ਦੇ, ਮਹਾ ਤੈਨੂੰ ਉਧਾਰ ਕਰ ਲਾ ਪੈਸੇ ਤੈਨੂੰ ਦੇ ਦੇਗੇ, ਪੈਸੇ ਨੀ ਤੇਰੇ ਮੁੱਕਰ ਦੇ। ਕਹਿੰਦਾ ਨਾ ਬਾਈ ਮੈਂ ਤਾਂ ਲਿਆ ਨੀ ਸਕਦਾ, ਕੰਮ ਕਹਿੰਦਾ ਨਗਦੋ ਨਗਦ ਪਰਚੀ ਕੱਟ ਕੇ ਦੇਵਾਂਗੇ ਤੇ। ਮਹਾ ਫਿਰ ਠੀਕ ਆ ਪਰਚੀ ਕੱਟ ਕੇ, ਕਹਿੰਦਾ ਇੱਕ ਸਲਾਹ ਹੋਰ ਦੇ ਦਿੰਦਾ, ਸਲਾਹ ਦਿੱਤੀ, ਸਲਾਹ ਉਹਨੇ ਦੇਤੀ ਆਪਾਂ ਨੂੰ ਮਿੱਤਰੋ, ਉਹ ਕਹਿੰਦਾ ਵੀ ਤੂੰ ਤਪੇ ਲੈ ਜਾ ਆਪਣਾ ਜਿਹੜਾ ਸ਼ਹਿਰ ਆ ਤਪੇ ਲੈ ਜਾ, ਕਹਿੰਦਾ ਉੱਥੇ ਕਿਸੇ ਮਿਸਤਰੀ ਕੋਲੇ ਲੈ ਜਾਈ, ਕਹਿੰਦਾ ਉਹ ਟੂਟੀਆਂ ਤੈਨੂੰ ਪੱਟ ਕੇ ਨਵੀਆਂ ਟੂਟੀਆਂ, ਬਸ ਠੀਕ ਆ, ਉਹ ਕਹਿੰਦਾ ਨਵੀਆਂ ਟੂਟੀਆਂ ਪੱਟ ਕੇ ਨਵੀਆਂ ਟੂਟੀਆਂ ਲਾ ਦਿਆਂਗੇ, ਟੂਟੀਆਂ ਲਾ ਦਿਆਂਗੇ ਤੇ ਕੱਲ ਨੂੰ। ਹੁਣ ਮਿੱਤਰੋ ਪਹਿਲਾਂ ਦੇਖਦੇ ਹਾਂ ਕੰਪਰੈਸਰ ਕੰਪਰੂਸਰ ਆਪਣਾ, ਜਿਹੜਾ ਆਹ ਪਿਆ ਟੈਂਕੀ ਤੁਹਾਨੂੰ ਦਿਖਾਵਾਂ, ਆਹ ਭਈਆ ਫੌਜੀ ਆਪਣੀ ਟੈਂਕੀ ਦੇਖ, ਐਡੀ ਬਹੁਤ ਹੈ, ਆਹ ਲਾਤੀ ਟੈਂਕੀ, ਇਹ ਲਾਉਣੀ ਹੈ ਟੈਂਕੀ ਸਾਫ਼ ਕਰਕੇ, ਤੇ ਆਹ ਪਿਆ ਆਪਣਾ ਕੰਪਰੈਸਰ ਬਲੇਟਿਆ, ਇਹ ਪਿਆ ਕੰਪਰੈਸਰ ਬਲੇਟਿਆ, ਤੇ ਇਹ ਵੀ ਕੱਲ ਨੂੰ ਖੋਲ ਕੇ ਸਾਰਾ ਸਾਫ਼ ਕਰਨਾ ਹੈਗਾ, ਸਾਰਾ ਮਿਸਤਰੀ ਤੇ ਚੱਲਾਂਗੇ ਉੱਥੇ, ਆ ਤੋ ਤੂੰ ਕਹਿ ਇਹਦੀ ਗੱਲ ਬਣਾ ਦਿਆਂ, ਕੱਲ ਨੂੰ ਨਵਾਂ ਕਰ ਦਿਆਂਗੇ, ਤੇ ਇੱਥੋਂ ਸਿੱਕ ਲੈ ਕੇ ਸਿੱਕ ਵੀ ਆਪਾਂ ਨਵੀਂ ਬਣਾ ਦਿਆਂਗੇ, ਚੱਕਰ ਭੁੰਡੀਆਂ ਕਰ ਦਿਆਂਗੇ, ਤੇ ਛਾਤਰੀ ਦੇ ਉੱਤੇ ਹਾਰ ਲਾ ਦਿਆਂਗੇ ਜਿਹੜੀ ਤੁਹਾਨੂੰ ਹਜੇ ਦੀਂਦੀ ਨੀ ਕਿਸੇ ਨੂੰ ਨੀ ਦਿੰਦੀ, ਉਹ ਅਲੋਪ ਕਰੀ ਹੋਈ, ਅਲੋਪ ਕਰੀ ਵੀ ਸਾਨੂੰ ਦਿੰਦੀ ਆ ਇਕੱਲੇ ਨੂੰ, ਉਹਦੇ ਉੱਤੇ ਹਾਰਨ, ਉਹਦੇ ਉੱਤੇ ਹਾਰਨ ਫਿੱਟ ਕਰ ਦਿਆਂਗੇ, ਆਹ ਸੀ ਛਾਤਰੀ, ਲੈ ਛਾਤਰੀ ਦੇ ਉੱਤੇ ਹਾਰਨ ਫਿੱਟ ਕਰ ਦਿਆਂਗੇ, ਤੇ ਛਾਤਰੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਲਾਉਣੀ ਹੈ ਕਿਵੇਂ ਲਾਉਣੀ ਹੈ ਸਾਰਾ ਕੁਛ, ਉਹ ਵੀ ਕਮੈਂਟਾਂ 'ਚ ਤੁਸੀਂ ਦੱਸ ਦਿਓ ਵੀ ਕਿਹੜੀ ਛਾਤਰੀ ਲਾਈਏ, ਤੇ ਬਾਕੀ ਦੇਖਦੇ ਹਾਂ ਹੁਣ ਫਿਰ ਕੀ ਬਣਦਾ। ਪਾਲੇ ਪੈਸੇ ਮੇਰਾ ਡੈਥਰੀ ਪਰ ਆਏ ਫੌਜੀ ਵਿਚਾਰਾ ਪਿਆ, ਲੱਤ ਖੋਲਤੀ ਇੱਕ ਦੀ, ਕੋਈ ਗੱਲ ਨੀ, ਮਰਦਾਂ ਨੀ ਹੁੰਦੀਆਂ ਫੌਜੀ, ਮਰਦਾਂ ਨੀ ਹੁੰਦੀਆਂ, ਬੰਦਿਆਂ ਨੀ ਹੁੰਦੀਆਂ, ਕੋਈ ਗੱਲ ਨੀ। ਬਹੁਤ ਮਿੱਤਰੋ ਬਹੁਤ ਜੀ ਕਰਦਾ ਵੀ ਇੱਥੇ ਬਹਿ ਕੇ ਨਾ, ਮੈਂ ਡੈਥਰੀ ਪਰ ਦੇ ਇੱਥੇ ਬਹਿ ਕੇ ਡਿੱਕ ਛੱਡਿਆ ਹੋਵੇ, ਮਗਰ ਆਹ ਲੰਮੇ ਰੂਟ ਤੇ ਛੱਡਿਆ ਹੋਵੇ, ਝੋਟਾ ਫੁੱਲ ਰੇਸ ਹੋਵੇ, ਏਡੀ ਕਲਾਟ ਮਾਰਦਾ ਹੋਵੇ, ਐਂ ਜੇ 4000 ਚੱਕਰ ਹੋਵੇ, ਲਾਟ ਵੀ ਤੁਹਾਨੂੰ ਦਿਖਾਵਾਂਗੇ ਮਿੱਤਰੋ ਇਹਦੀ, ਬਸ ਵੇਟ ਕਰੋ, ਰੀਲਾਂ ਦੇ ਵਿੱਚ ਤੁਹਾਨੂੰ ਇੱਥੋਂ ਦੀ ਲਾਟ ਨਿਕਲਦੀ ਇਹਦੀ ਦਿਖੂਗੀ, ਤੇ ਆਹ ਵੀ ਤੁਹਾਨੂੰ ਹੁਣ ਇੱਥੇ ਜਿਹੜਾ ਦਿੰਦਾ ਨਾ ਕਾਲਾ ਜਿਹਾ, ਇਹ ਵੀ ਤੁਹਾਨੂੰ ਦੇਖਣ ਨੂੰ ਹਟਾ ਦਿਆਂਗੇ, ਇਹ ਵੀ ਸਿਸਟਮ ਕਿਸੇ ਪਾਸੇ ਦੀ ਐਂ ਘੁਮਾ ਕਰਕੇ ਹੋਰ ਸਲੈਂਸਰ ਲਾ ਦੇਣਾ, ਜਿਹੜਾ ਕਿ ਅੱਜ ਤੱਕ ਕਿਸੇ ਨੇ ਲਾਇਆ ਨਹੀਂ, ਕਿਵੇਂ ਉਹੋ ਜਿਹਾ ਸਲੈਂਸਰ ਲਾਵਾਂਗੇ, ਡਿਫਰੈਂਟ ਚੀਜ਼ਾਂ ਤੁਹਾਨੂੰ ਪਤਾ ਆਪਾਂ ਕਰਦੇ ਰਹਿੰਦੇ ਹਾਂ, ਤੇ ਬਾਕੀ ਹੁਣ ਦੇਖਦੇ ਹਾਂ ਵੀ ਕੀ ਬਣਦਾ। ਲਓ ਵੀ ਕਹਿੰਦੇ ਮਿੱਤਰੋ ਟਾਇਰ ਲਾਤਾ ਟਰਾਲੀ ਚੋਂ, ਹੁਣ ਤੋਂ ਯਾਰ ਟਾਇਰ ਦਾ ਧੱਲਾ ਹੈ, ਕੰਮ ਉੱਤੋਂ ਦੀ ਹੋ ਗਿਆ, ਗਲਤੋਂ ਦੀ ਗੱਲ ਇਹ ਮਿੱਤਰੋ, ਟਾਇਰ ਸੀ ਪੁਰਾਣੇ, ਅੱਛਾ ਟੂਬਾਂ ਸੀ ਪੁਰਾਣੀਆਂ ਬਾਲੀਆਂ, ਹਾਂ ਤਾਂ ਕਰਕੇ ਤੇ ਹੁਣ ਪਾਣੀ ਭਰਿਆ ਆਪਾਂ, ਜਦੋਂ ਇੱਕ ਇਹਦਾ ਪ੍ਰੈਸ਼ਰ ਵਾਲਾ ਨਾ,
ਪਟੀਆਂ ਗਈਆਂ ਪਹਿਲਾਂ ਜਦੋਂ ਆਪਾਂ ਪਿਛਲੀ ਵਾਰੀ ਪਹਿਲਾਂ ਪਾਇਆ ਸੀ ਕਿਰਾਂ ਬਲੋਕ ਚ ਮੱਲਾ ਸਾਹਿਬ ਮੇਰੇ ਅੱਜ ਦਿਖਾਇਆ ਪਿਆ ਉਦੋਂ ਟੂਬਾ ਨਵੀਆਂ ਸੀ ਉਦੋਂ ਝਾਲ ਹੋ ਗਿਆ ਉਦੋਂ ਇੱਕ ਹੈ ਵੀ ਦੂਜੇ ਨਾਲ ਪਾਈਆਂ ਸੀ ਆਪਾਂ ਦੂਜਾ ਉਹ ਸੀ ਉਹਦੇ ਨਾ
ਕਹਿੰਦਾ ਮੈਂ ਤਾਂ ਪਾ ਦੂੰ ਟੂਬਾ ਤਾਂ ਪੇ ਲੈ ਜਾ ਕਹਿੰਦਾ ਤੈਨੂੰ ਚੰਗੀ ਸਲਾਹ ਦੇਵਾਂ ਕਹਿੰਦਾ ਟੂਟੀਆਂ ਪੱਟ ਕੇ ਉਹ ਦੋਨੇ ਟੂਟੀਆਂ ਲਾ ਦੇਣਗੇ ਕੱਲ ਨੂੰ ਆਪਾਂ ਯਾਰ ਇਹਦਾ ਭਾਈ ਹੱਕ ਲੈਣਗੇ ਕੱਲ ਨੂੰ ਇਹਦਾ ਭਾਈ ਆਊਟਲਾ ਹੱਕ ਆਪਾਂ ਆਊਟਲੇ ਦੇ ਪਾਗੇ ਟਰਾਲੀ ਪਾ ਕੇ ਉਹ ਚ ਤਾਂ ਟਰਾਲੀ ਚ ਦੋਨੇ ਕੱਲ ਨੂੰ ਚੱਲ ਤਪੇ ਕਰਕੇ ਸੁਨੇਹੀ ਸੁਨੇਹੀ ਤਪੇ ਜਾ ਕੇ ਆਪਾਂ ਕੰਮ ਨਿਬੇੜ ਕੇ ਬਸ 10-11 ਵਜੇ ਤੈਨੂੰ 12 ਵਜੇ ਤੈਨੂੰ ਰੈਡੀ ਕਰਕੇ ਰੀਲਾਂ ਬਣਾਉਣ ਲੱਗ ਜਾਣਾ ਕੱਲ ਨੂੰ ਹੱਥਾਂ ਤੱਕ ਰੀਲਾਂ ਹੀ ਬਣਾਉਣੀਆਂ ਆਪਾਂ ਜੀ ਤੂੰ ਮੈਂ ਜਾਣਾ 2-3 ਦਿਨ ਲੱਕੀ ਕੋਲੇ ਅੱਛਾ 5 ਤਰੀਕ ਤੋਂ ਫੇਰ ਕੰਮ ਹੋ ਜੂ ਔਖਾ ਰੀਲਾਂ ਦਾ ਫੇਰ ਕੰਮ ਟੇਢਾ ਹੋ ਜੂ ਫੇਰ ਹੁਣ ਦਰਸ਼ਕ ਜਿਹੜੇ ਆਪਣੇ ਵੀਰ ਭਰਾ ਆਪਣੇ ਹੈਗੇ ਆ ਪਿਆਰ ਕਰਦੇ ਆਪਾਂ ਨੂੰ ਕਰਦੇ ਉਹ ਫਿਰ ਰੀਲਾਂ ਦੀਆਂ ਵੇਟਾਂ ਕਰਨਗੇ ਫਿਰ ਰੀਲ ਤਾਂ ਪਾਉਣੀ ਪਊ ਇਤਰਾ ਗੱਲ ਦੇ ਵਿੱਚ ਹੈ ਪੁਆਇੰਟ ਆ ਤੇਰੀ ਗੱਲ ਦੇ ਵਿੱਚ ਲਾ ਮੈਂ ਤੇਰੇ ਕੋਲ ਆ ਪਿਆ ਇੱਕ ਟਾਇਰ ਸਾਈਡ ਤੇ ਕਰਿਆ ਲਾਈਟਿੰਗ 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 ਦਾ ਹੋਈ ਪਈ ਆ ਲਾਈਟਿੰਗ ਲਾਈਟਿੰਗ ਦਾ ਹੈ ਬੰਨ ਕੇ ਰੱਖੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਡੈਥ ਰੀਪਰ ਕਹਿੰਦੇ ਜੱਸੂ ਸੋਈ ਜਗੀ ਜਾਂਦਾ ਗੱਲਬਾਤ ਤਾਂ ਓਕੇ ਹੋਈ ਖੜੀ ਹੈ ਬਾਕੀ ਤੁਹਾਨੂੰ ਸਾਰਾ ਵੇਰਵਾ ਦੇਤਾ ਗੋਲ ਘੁਮਾ ਕੇ ਉੱਤੋਂ ਦੀ ਹਨਾ ਮੈਂ ਸਾਰਾ ਵੇਰਵਾ ਤੁਹਾਨੂੰ ਦੇਤਾ ਭਾਈ ਗੋਲ ਘੁਮਾ ਕੇ ਉੱਤੋਂ ਦੀ ਜੀ ਹੋ ਗਿਆ ਜੀ ਹੋ ਗਿਆ ਤੇ ਜੀ ਹੋ ਗਿਆ ਬਸ ਓਕੇ ਤੇ ਬਸ ਜੀ ਹੋ ਗਿਆ ਓਕੇ ਤੇ ਹੁਣ ਤੁਹਾਨੂੰ ਮਿਲਦੇ ਆ ਮਿੱਤਰੋ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਹਨਾ ਸਹੀ ਆ ਜੀ ਬਿਲਕੁਲ ਇੱਥੇ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਜੱਸੂ ਸੋਈ ਕਰਨੀ ਕਰਕੇ ਕੈਮਰਾ ਜੀ ਧੰਨਵਾਦ ਜੀ ਸਾਰਿਆਂ ਦਾ ਆਪਣੇ ਬਲੌਗ ਦੇਖਣ ਲਈ ਤੇ ਮਿਲਦੇ ਆ ਤੁਹਾਨੂੰ ਹੁਣ ਅਗਲੇ ਬਲੌਗ ਦੇ ਵਿੱਚ ਜਿਹੜਾ ਕਿ ਬਹੁਤ ਸਿਰਾ ਲੈ ਕੇ ਆਉਣਾ ਸਰਪ੍ਰਾਈਜ਼ ਜਿਹੜਾ ਮੇਰੇ ਵਾਲੇ ਸੱਚ ਬਲੌਗ 'ਚ ਸੱਚ ਪਹਿਲਾਂ ਦਿਖਾਈ ਤਾਂ ਸਰਪ੍ਰਾਈਜ਼ ਕੀ ਜਿਹੜੀ ਆਪਾਂ ਟੈਂਕੀ ਲਿਆਂਦੀ ਹੈ ਕੰਪਰੈਸਰ ਲਿਆਂਦਾ ਕੱਲ੍ਹ ਨੂੰ ਕੰਪਰੈਸਰ ਲੋਡ ਕਰਾ ਕੇ ਲਿਆਉਣਾ ਸਰਵਿਸ ਕਰਾ ਕੇ ਲਿਆਉਣੀ ਇਹਨੂੰ ਸਾਫ਼ ਕਰਾਉਣਾ ਅਤੇ ਉੱਥੋਂ ਉਹ ਲੈ ਕੇ ਕੀ ਹੁੰਦੀ ਆਪਣੀ ਸਿੱਕ ਲੈ ਕੇ ਸਿੱਕੜੀ ਕਹਿੰਦੇ ਹੁੰਦੇ ਆਪਣੀ ਸਿੱਕ ਕਹਿੰਦੇ ਹੁੰਦੇ ਆ ਘੋੜਿਆਂ ਵਾਲੇ ਕਹਿੰਦੇ ਆ ਸਿੱਕੜੀ ਉਹਨੂੰ ਆਪਾਂ ਕਹਿੰਦੇ ਹਾਂ ਸਿੱਕ ਉਹ ਲੈ ਕੇ ਉਹ ਸਾਫ਼ ਕਰਾਉਣੀ ਆਪਣੇ ਮਿਸਤਰੀ ਤੋਂ ਦੋਨੇ ਚੀਜ਼ਾਂ ਸਾਫ਼ ਕਰਾ ਕੇ ਸਿੱਕਾਂ ਮਰਵਾ ਦੇਣੀਆਂ ਆ ਕੇ ਫਿਟਿੰਗ ਕਰਨ ਲੱਗ ਜਾਣਾ ਉਹਦੀ ਫਿਟਿੰਗ ਫੁਟਿੰਗ ਕਰਕੇ ਦਿਨ ਰਾਤ 'ਚ ਇੱਕੋ ਕਰਕੇ ਕੰਮ ਫਿਰ ਲਾ ਕੇ ਛਾਤਰੀ ਡੈਥ ਰੀਪਰ 'ਤੇ ਛਾਤਰੀ ਦੇ ਉੱਤੇ ਲਾ ਕੇ ਹਾਰਨ ਬਜਾ ਦੇਣਾ ਸੇਫ ਵੀ ਬਣਾ ਲਏ ਛਾਤਰੀ ਤੇ ਸ਼ੇਪ ਵੀ ਬਣੀ ਵਾਲੇ ਲਾਉਣੇ ਆ ਤਾਂ ਨਵਾਂ ਕੰਮ ਕਰੇਗਾ ਨਵਾਂ ਕੰਮ ਆਪਾਂ ਫਿਰ ਤੈਨੂੰ ਪਤਾ ਡਿਫਰੈਂਟ ਹੀ ਕਰਦੇ ਹਾਂ ਕੰਮ ਡਿਫਰੈਂਟ ਤੇ ਚਲੋ ਮਿੱਤਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਦੱਬ ਕੇ ਕਰ ਦਿਓ ਸ਼ੇਅਰ ਵੀਡੀਓ ਨੂੰ ਕਮੈ